ਕੁਆਡ ਕੰਟਰੀਜ਼ ਕਾਲ ਫਾਰ ਐਂਡ ਇਨ ਵਾਇਲੈਂਸ ਇਨ ਯੂਕਰੇਨ, ਗਜ਼ਾ ਐਂਡ ਮਿਆਂਮਾਰ, ਇਹ ਸਾਰਿਆਂ ਦੇ ਵਿੱਚ ਹੀ ਇੰਡੀਆ ਦਾ ਜਿਹੜਾ ਸਟੈਂਡ ਹੈ ਉਹ ਆਪੋਜ਼ਿਟ ਹੈ। ਕੁਆਡ ਕਾਲਸ ਫਾਰ ਕੰਸਰਟਿਡ ਐਕਸ਼ਨ ਅਗੇਂਸਟ ਆਲ ਯੂ ਐਨ ਲਿਸਟਿਡ ਟੈਰਰਿਸਟ ਗਰੁੱਪਸ ਇਨਕਲੂਡਿੰਗ ਐੱਲ ਈ ਟੀ, ਲਸ਼ਕਰ ਏ ਤੋਇਬਾ ਐਂਡ ਜੈਸ਼ ਏ ਮੁਹੰਮਦ। ਹੁਣ ਇਹਨਾਂ ਨੂੰ ਕੋਈ ਪੁੱਛੇ ਕਿ ਵੀ ਆਰ ਐੱਸ ਐੱਸ ਤੋਂ ਵੱਡੀ ਹੋਰ ਕਿਹੜੀ ਦਹਿਸ਼ਤਗਰਦ ਤਨਜ਼ੀਮ ਹੈ? ਤਾਲਿਬਾਨ ਜਾਂ ਆਈਸਿਸ ਤੋਂ ਵੱਡੀ ਤਾਂ ਦਹਿਸ਼ਤਗਰਦ ਕੋਈ ਜਮਾਤ ਨਹੀਂ, ਲਸ਼ਕਰ ਏ ਤੋਇਬਾ ਜਾਂ ਜੈਸ਼ ਏ ਮੁਹੰਮਦ ਦਾ ਕੀ ਰੁਤਬਾ ਹੈ, ਪਰ ਉਸ ਆਈਸਿਸ ਦੇ ਨਾਲ ਇੰਡੀਆ ਕੋਲੈਬੋਰੇਟ ਕਰ ਰਿਹਾ, ਉਹਨਾਂ ਨੂੰ ਪੈਸੇ ਦੇ ਰਿਹਾ। ਇੰਡੀਆ ਵਿਲ ਹੈਵ ਮੋਰ ਕੰਟੈਕਟਸ ਵਿਦ ਯੂਕਰੇਨ ਐਂਡ ਰਸ਼ੀਆ ਟੂ ਰਿਜ਼ੋਲਵ ਦੇਅਰ ਕਨਫਲਿਕਟਸ। ਹੁਣ ਇਹ ਪਲਾਨ ਵੀ ਕਰ ਰਹੇ ਨੇ ਕਿ ਮੋਦੀ ਸ਼ਾਇਦ ਅਗਲੇ ਮਹੀਨੇ ਯੂਕਰੇਨ ਜਾਏ, ਉਹਨੂੰ ਮਿਲੇ ਅਮਰੀਕਨ ਪ੍ਰੈਸ਼ਰ, ਪਰ ਉੱਥੇ ਕਹਿ ਰਿਹਾ ਜੀ ਹਾਂ ਸਾਨੂੰ ਜ਼ਿਆਦਾ ਦਬਾਅ ਬਣਾਉਣਾ ਚਾਹੀਦਾ ਸੀ, ਅਸੀਂ ਬਣਾ ਨਹੀਂ ਸਕੇ, ਅੱਗੋਂ ਲਈ ਅਸੀਂ ਇਸ ਦੇ ਉੱਤੇ ਕਰਾਂਗੇ। ਅਮਰੀਕਾ ਨੂੰ ਲੱਗਦਾ ਹੈ ਕਿ ਵੀ ਇੰਡੀਆ ਜਿਹੜਾ ਵੜ ਗਿਆ ਪੁਤਿਨ ਦੀ ਕੱਛ 'ਚ, ਰਸ਼ੀਆ ਤਾਂ ਚਾਈਨਾ ਦਾ ਯੰਗਰ ਬ੍ਰਦਰ ਬਣਿਆ ਹੋਇਆ, ਵੀ ਇਹ ਨਾ ਹੋਏ ਕਿ ਇੰਡੀਆ ਦਾ ਚਾਈਨਾ ਦੇ ਨਾਲ ਕੰਪਰੋਮਾਈਜ਼ ਕਰਾ ਦੇ ਰਸ਼ੀਆ, ਅਤੇ ਜਿਹੜਾ ਹੁਣ ਉਹਨੂੰ ਵਰਤ ਰਹੇ ਨੇ ਐਜ਼ ਏ ਬੁੱਲ ਵਾਕ ਅਗੇਂਸਟ ਚਾਈਨਾ, ਉਹ ਰੁਕ ਜਾਏ। ਅਤੇ ਇਹਦੇ 'ਤੇ ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਰੂਲਸ ਆਊਟ ਐਨੀ ਰੋਲ ਫਾਰ ਥਰਡ ਪਾਰਟੀ ਇਨ ਇੰਡੀਆਜ਼ ਬਾਰਡਰ ਡਿਸਪਿਊਟ ਵਿਦ ਚਾਈਨਾ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੁਆਡ ਮੁਲਕਾਂ ਦੀ ਪਿਛਲੇ ਦਿਨੀ ਹੋਈ ਮੀਟਿੰਗ ਵਿੱਚ ਯੂਕਰੇਨ, ਗਜ਼ਾ, ਮਿਆਂਮਾਰ ਅਤੇ ਅੰਤਰਰਾਸ਼ਟਰੀ ਦਹਿਸ਼ਤਗਰਦੀ ਸਮੇਤ ਬਹੁਤ ਸਾਰੇ ਮੁੱਦਿਆਂ 'ਤੇ ਵਿਚਾਰ ਹੋਈ ਹੈ, ਔਰ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਇਸ ਮੀਟਿੰਗ ਵਿੱਚ ਇੱਕ ਭਿੱਜੀ ਬਿੱਲੀ ਵਾਂਗ ਨਜ਼ਰ ਆਏ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰ ਨੇ? ਦੇਖੋ, ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਉਹਨਾਂ ਨੇ ਇਹ ਕੁਆਡ ਦਾ ਕਾਨਸੈਪਟ ਦਿੱਤਾ, ਕੁਆਡ ਜਾਂ ਅਸੀਂ ਜਦੋਂ ਕੁਆਡਰੂਪਲੈਟ ਕਹਿੰਦੇ ਹਾਂ, ਚਾਰ ਬੱਚੇ ਹੋਣ, ਕਹਿੰਦੇ ਜੀ ਕੁਆਡਰੂਪਲੈਟ ਹੋਏ, ਕੁਆਡ ਚਾਰ ਨੂੰ ਕਹਿੰਦੇ ਨੇ। ਸੋ ਇਹ ਚਾਰ ਮੁਲਕਾਂ ਦਾ ਜਿਹੜਾ ਅਲਾਇੰਸ ਸੀ, ਜਿਸ ਦੇ ਵਿੱਚ ਅਮਰੀਕਾ, UK ਜਿਹੜਾ, ਔਰ ਆਸਟ੍ਰੇਲੀਆ, ਔਰ ਜਪਾਨ, ਔਰ ਇੰਡੀਆ। UK ਬਾਅਦ ਦੇ ਵਿੱਚ ਆਕਸ 'ਚ ਲਿਆਂਦਾ, ਇਹਦੇ 'ਚ ਖਾਸ ਤੌਰ 'ਤੇ ਇਹ ਚਾਰੋਂ ਮੁਲਕ ਆਸਟ੍ਰੇਲੀਆ, ਇੰਡੀਆ, ਜਪਾਨ ਅਤੇ ਯੂਨਾਈਟਿਡ ਸਟੇਟਸ। ਪਰ ਕੁਆਡ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਲਿਆਂਦਾ, ਬਹੁਤ ਜਲਦੀ ਉਹਨਾਂ ਨੂੰ ਇਹ ਸਮਝ ਆ ਗਈ ਵੀ ਇੰਡੀਆ ਕਿਸੇ ਕੰਮ ਦਾ ਨਹੀਂ ਹੈ। 2020 ਦੇ ਵਿੱਚ ਇਹਨਾਂ ਦਾ ਗਲਵਾਨ ਵੈਲੀ 'ਚ ਵੀ ਹਾਲ ਦੇਖ ਲਿਆ, ਔਰ ਅਦਰਵਾਈਜ਼ ਫਿਰ ਉਹਨਾਂ ਨੇ ਕੰਬੀਨੇਸ਼ਨ ਆਕਸ, ਉਹਦੇ 'ਚ ਉਹਨਾਂ ਨੇ ਇੰਡੀਆ ਨੂੰ ਬਾਹਰ ਕੱਢ ਦਿੱਤਾ, ਔਰ ਬਾਕੀ ਜਿਹੜੇ ਸੀ ਆਕਸ ਦੇ ਵਿੱਚ ਆਸਟ੍ਰੇਲੀਆ ਦੇ ਨਾਲ, UK ਔਰ US ਨੂੰ ਨਾਲ ਜੋੜ ਦਿੱਤਾ, ਔਰ ਉਹਨੂੰ ਫਿਰ ਐਜ਼ ਏ ਡਿਫੈਂਸ ਅਲਾਇੰਸ ਜੋ ਚਾਈਨਾ ਨੂੰ ਘੇਰਨ ਦੇ ਲਈ। ਇਸ ਗੱਲ ਦਾ ਧਿਆਨ ਰਹੇ ਕਿ ਅਮਰੀਕਾ ਤੋਂ ਬਾਹਰ 800 ਮਿਲਟਰੀ ਬੇਸ ਨੇ, ਫੌਜੀ ਬੇਸ ਨੇ, ਉਹਨਾਂ 'ਚ ਲਗਭਗ 200 ਜਿਹੜੇ ਨੇ ਉਹ ਜਿਸ ਨੂੰ ਇੰਡੋ ਚਾਈਨਾ ਜਾਂ ਜਿਹੜਾ ਉਹ ਪੈਸੀਫਿਕ ਔਰ ਸਾਰਾ ਰੀਜਨ ਕਿਹਾ ਜਾਂਦਾ, ਓਪਨ ਇੰਡੋ ਪੈਸੀਫਿਕ ਜਿਹਦਾ ਨਾਂ ਹੈ, ਜਾਂ ਸਾਊਥ ਚਾਈਨਾ ਸੀ ਹੈ, ਉਹਦੇ ਆਲੇ ਦੁਆਲੇ ਚੀਨ ਨੂੰ ਘੇਰਨ ਦੇ ਨਾਂ ਥੱਲੇ ਨੇ। ਹੁਣ ਹਾਲਾਂ ਫਾਰਮਲੀ ਇੰਡੀਆ ਨੂੰ ਉਹਨਾਂ ਨੇ ਵਿੱਚ ਰੱਖਿਆ ਹੀ ਹੋਇਆ ਕੁਆਡ ਦੇ, ਔਰ ਐਤਕੀ ਮੀਟਿੰਗ ਜਿਹੜੀ ਹੈ ਚਾਰੋ ਇਹਨਾਂ ਮੁਲਕਾਂ ਦੀ, ਜਿਹਨਾਂ ਦੇ ਵਿੱਚ ਅਮਰੀਕਾ, ਇੰਡੀਆ, ਜਪਾਨ ਔਰ ਆਸਟ੍ਰੇਲੀਆ, ਔਰ ਟੋਕੀਓ ਦੇ ਵਿੱਚ ਸੀ। ਬਿਲਕੁਲ, ਐਸ ਜੈਸ਼ੰਕਰ ਉੱਥੇ ਗਿਆ, ਔਰ ਕਿਉਂਕਿ ਇਹ ਵੀਕਐਂਡ ਦੇ ਦੌਰਾਨ ਹੀ ਇਹ ਸਾਰੀ ਐਕਟੀਵਿਟੀ ਚੱਲ ਰਹੀ ਸੀ, ਔਰ ਉਸ ਦੇ ਵਿੱਚ ਜਿਹੜੀਆਂ ਉਹਦੇ ਨਾਲ ਰਿਲੇਟਡ ਬਹੁਤ ਸਾਰੀਆਂ ਖਬਰਾਂ ਨੇ, ਉਹਦੇ 'ਚ ਇਹ ਨਜ਼ਰ ਆਇਆ ਕਿਉਂਕਿ
ਇਸ ਵੇਲੇ ਅਮਰੀਕਾ ਨੂੰ ਇਸ ਗੱਲ ਦਾ ਫਿਕਰ ਵੀ ਹੈ, ਰਾਈਟਲੀ ਸੋ, ਕਿ ਜਿਹੜਾ ਚਾਈਨਾ ਹੈ, ਜਿਵੇਂ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਥੱਲੇ 140 ਦੇ ਕਰੀਬ ਮੁਲਕ ਉਹਨੂੰ ਜੁਆਇਨ ਕਰ ਚੁੱਕੇ ਨੇ, ਉਹਦੇ ਸਿਗਨੇਟਰੀ ਨੇ, ਇਵੇਂ ਹੀ ਜਿਹੜਾ ਏਸ਼ੀਆ ਏਸ਼ੀਅਨ ਜਿਹੜੀ ਕੰਬੀਨੇਸ਼ਨ ਹੈ ਜਾਂ ਬੈਂਕਿੰਗ ਸਿਸਟਮ ਕ੍ਰੀਏਟ ਕਰਨ ਦਾ, ਏਸ਼ੀਅਨ ਬੈਂਕ ਕ੍ਰੀਏਟ ਕਰਨ ਦਾ, ਸੋ ਇਹ ਸਾਰੇ ਦੇ ਚੱਲਦਿਆਂ ਅਮਰੀਕਾ ਦੀ ਦਿਲਚਸਪੀ ਹੈ ਕਿ ਬਈ ਆਉਣ ਵਾਲੇ ਪੀਰੀਅਡ ਦੇ ਵਿੱਚ ਜਿਹੜਾ ਫੋਕਸ ਹੈ ਉਹ ਤਾਂ ਚਾਈਨਾ ਹੈ, ਮਿਲੀਟੈਰਲੀ ਜਾਂ ਇਕਨੋਮਿਕਲ ਜਿਹੜਾ ਕੰਪੀਟੀਟਰ ਹੈ ਮੇਨ ਅਮੈਰੀਕਾ ਦਾ, ਔਰ ਉਹਦੇ ਲਈ ਅਲਾਇੰਸ ਰੱਖਣਾ ਜ਼ਰੂਰੀ ਹੈ। ਇਹੀ ਕਾਰਨ ਹੈ ਕਿ ਇੰਡੀਆ ਦੀ ਗੁਸਤਾਖੀ ਦੇ ਬਾਵਜੂਦ ਜਿਸ 'ਚ ਉਹਨਾਂ ਨੇ ਡਬਲ ਕ੍ਰੋਸ ਕੀਤਾ ਯੂਕਰੇਨ ਦਾ ਮੁੱਦਾ ਹੋਏ, ਔਰ ਇਸੇ ਤਰ੍ਹਾਂ ਜਿਵੇਂ ਰਸ਼ੀਆ ਦੇ ਖਿਲਾਫ ਜਿਹੜੀਆਂ ਸੈਂਕਸ਼ਨ ਸੀ ਉਹਨੂੰ ਕਿਵੇਂ ਉਹਨਾਂ ਨੇ ਜਿਹੜਾ ਸਬਵਰਟ ਕੀਤਾ, ਕਿ $2 ਬਿਲੀਅਨ ਦਾ ਰਸ਼ੀਆ ਨਾਲ ਟ੍ਰੇਡ ਉਹਨਾਂ ਦਾ ਪਿਛਲੇ 2 ਸਾਲਾਂ 'ਚ $24-25 ਬਿਲੀਅਨ ਤੱਕ ਗਿਆ, ਕਿਉਂਕਿ ਉਹੀ ਆਇਲ ਲੈ ਕੇ ਉਹਨੂੰ ਰੀਪ੍ਰੋਸੈਸ ਕਰਕੇ ਵਾਪਸ ਯੂਰਪ ਦੀ ਮਾਰਕੀਟ ਦੇ ਵਿੱਚ ਵੇਚਿਆ। ਸੋ ਇਸ ਸਾਰੇ ਦੇ ਚੱਲਦਿਆਂ ਅਮਰੀਕਾ ਦਾ ਦੀ ਅਨੋਇੰਸ, ਔਰ ਖਾਸ ਤੌਰ 'ਤੇ ਜਦੋਂ ਹੁਣ ਪਿੱਛੇ 32 ਨੈਟੋ ਮੁਲਕਾਂ ਦੇ ਹੈਡਸ ਦੀ ਮੀਟਿੰਗ ਬਾਈਡਨ ਨਾਲ ਸੀ, ਇਹ ਜਾ ਕੇ ਉੱਥੇ ਭਾਲੂ ਜੱਫੀ ਪਾਉਂਦਾ ਪੁਤਿਨ ਨੂੰ, ਔਰ ਜਿਹੜਾ ਉੱਥੇ ਪਹੁੰਚ ਜਾਂਦਾ, ਇਹਦੇ ਬਾਵਜੂਦ ਕਿ ਅਮਰੀਕਾ ਨੇ ਮਨ੍ਹਾ ਕੀਤਾ, ਲੇਕਿਨ ਫਿਰ ਵੀ ਅਮਰੀਕਾ ਜੇ ਥੋੜ੍ਹਾ, ਔਰ ਹਾਲਾਂ ਅਨੋਇੰਸ ਅਮਰੀਕਾ ਨੇ ਪੂਰੀ ਦਿਖਾਈ ਹੈ, ਐਰਿਕ ਗਾਰਸੈਟੀ ਨੇ, ਇਹਨਾਂ ਦੇ ਅੰਬੈਸਡਰ ਨੇ ਕੀ ਕਿਹਾ, ਡੋਨੋਲੂ ਨੇ ਕੀ ਕਿਹਾ, ਔਰ ਉਹਨਾਂ ਦੇ ਦੂਸਰੇ ਐਂਟਨੀ ਬਲਿੰਕਨ ਨੇ ਕੀ ਕਿਹਾ, ਇਹ ਸਾਰੀਆਂ ਜਿਹੜੀਆਂ ਮੀਟਿੰਗਸ ਵੀ ਇਹਨਾਂ 'ਚ ਹੋਈਆਂ, ਕਿਉਂਕਿ ਜੋ ਜਿਸ ਅੰਦਾਜ਼ 'ਚ ਹੁਣ ਜੇ ਤੁਸੀਂ ਪੁਰਾਣੀਆਂ ਕੁਆਡ ਮੀਟਿੰਗਸ ਦੀ ਕਾਰਵਾਈ ਦੇਖੋ, ਉਹਦੇ 'ਚ ਤਾਂ ਇਹੀ ਐਸ ਜੈਸ਼ੰਕਰ ਜਿਹੜਾ ਇਹਦੇ ਚਿਹਰੇ ਦੇ ਉੱਤੇ ਜਿਸ ਕਿਸਮ ਦਾ ਉਹ ਪੂਰਾ ਦਾਬਾ ਰੱਖਣ ਵਾਲਾ ਮੂਡ ਹੁੰਦਾ ਸੀ, ਹੁਣ ਜਦੋਂ ਅਸੀਂ ਭਿੱਜੀ ਬਿੱਲੀ ਜਾਂ ਭੇਡ ਕਹਿੰਦੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਉਹ ਚਕੰਦਰ ਦਾ ਮੂੰਹ ਹੁੰਦਾ, ਵੈਸੇ ਇਹਦਾ ਮੂੰਹ ਉੱਦਾਂ ਦਾ ਹੀ ਹੈ ਪਹਿਲਾਂ ਹੀ, ਅਤੇ ਜਿਵੇਂ ਉਹ ਚੂਪ ਕੇ ਕੋਈ ਸੁੱਟਿਆ ਜਾਂਦਾ ਅੰਬ ਦੀ ਗੁਠਲੀ, ਹੈਂਜੀ, ਉਹ ਉਸ ਨੂੰ ਉਸ ਵਰਗਾ ਉਹਦਾ ਮੂੰਹ। ਔਰ ਜਿਹੜਾ ਇਹਨਾਂ ਦੀਆਂ 3-4 ਖਬਰਾਂ, ਕੁਆਡ ਕੰਟਰੀਜ਼ ਕਾਲ ਫਾਰ ਐਂਡ ਇਨ ਵਾਇਲੈਂਸ ਇਨ ਯੂਕਰੇਨ, ਗਜ਼ਾ ਐਂਡ ਮਿਆਂਮਾਰ, ਹੁਣ ਇਹ ਸਾਰਿਆਂ ਦੇ ਵਿੱਚ ਹੀ ਇੰਡੀਆ ਦਾ ਜਿਹੜਾ ਸਟੈਂਡ ਆ ਉਹ ਆਪੋਜ਼ਿਟ ਹੈ। ਗਜ਼ਾ ਦੇ ਵਿੱਚ ਜੇ ਫਲਸਤੀਨੀ ਲੇਬਰ ਉੱਥੋਂ ਉਹਨਾਂ ਨੂੰ ਕੱਢ ਰਹੇ ਨੇ ਗਜ਼ਾ 'ਚ ਮਾਰ ਕੇ, ਅਤੇ ਇੰਡੀਆ ਜਿਹੜਾ ਉਹ ਲੱਖ ਆਪਣਾ ਵਰਕਰ ਵੀ ਉੱਥੇ ਭੇਜ ਰਿਹਾ ਮਰਨ ਲਈ ਵੀ ਤਿਆਰ। ਹੁਣ ਖਬਰਾਂ, ਇੱਕ ਹੋਰ ਮੁੰਡਾ ਰਸ਼ੀਆ ਦੇ ਵਿੱਚ ਲੜਦਿਆਂ ਮਰਿਆ ਯੂਕਰੇਨ 'ਚ, ਰਸ਼ੀਆ ਨਾਲ 4th-5th ਕੈਜੂਐਲਟੀ, ਹਾਲਾਂ ਉਦੋਂ ਬੜਾ ਇਹਨਾਂ ਨੇ ਕੀਤਾ ਜੀ, ਮੋਦੀ ਨੇ ਉਹਨੂੰ ਪੁਤਿਨ ਨੂੰ ਕਿਹਾ ਕਿ ਜੀ ਇਹ ਬੰਦ ਕਰੋ, ਸਾਡੇ ਬੰਦੇ ਜਿਹੜੇ ਤੁਹਾਡੀ ਆਰਮੀ 'ਚ ਨੇ ਉਹਨੇ ਮੰਨਿਆ। ਉਹ ਬਾਅਦ 'ਚ ਆਇਆ ਵੀ ਕੋਈ ਉਹਨਾਂ ਦੀ ਜਿਹੜੀ ਜੁਆਇੰਟ ਪ੍ਰੈਸ ਕਾਨਫਰੰਸ ਜਾਂ ਦੂਜੀ ਤਾਂ ਕੋਈ ਹੋਈ ਨਹੀਂ, ਨਾ ਹੀ ਉਹਨੇ ਕੋਈ ਕਿਹਾ, ਇਹ ਆਪਣੀ ਡੋਮੈਸਟਿਕ ਕਰਾਊਡ ਨੂੰ ਹੈਪੀ ਕਰਨ ਦੇ ਲਈ ਕਿਹਾ ਗਿਆ। ਔਰ ਉਹ ਬੰਦੇ ਉੱਥੇ ਮਾਰ ਰਹੇ ਨੇ ਜਿਹਨਾਂ ਨੂੰ ਏਜੰਟਾਂ ਰਾਹੀਂ ਭਿਜਵਾ ਕੇ ਉੱਧਰ ਵੀ ਮਾਰ ਰਹੇ ਨੇ, ਇਜ਼ਰਾਈਲ ਦੇ ਵਿੱਚ ਜਿਹੜਾ ਉਹ ਵਰਕਰ ਦੇ ਨਾਂ ਥੱਲੇ ਮਾਰ ਰਹੇ ਨੇ। ਫਿਰ ਇਹ ਕਹਿੰਦਾ ਜਿਹੜਾ ਐਸ ਜੈਸ਼ੰਕਰ, ਕੁਆਡ ਕਾਲਸ ਫਾਰ ਕੰਸਰਟਿਡ ਐਕਸ਼ਨ ਅਗੇਂਸਟ ਆਲ UN ਲਿਸਟਿਡ ਟੈਰਰਿਸਟ ਗਰੁੱਪਸ ਇਨਕਲੂਡਿੰਗ LET, ਲਸ਼ਕਰ ਏ ਤੋਇਬਾ ਐਂਡ ਜੈਸ਼ੇ ਮੁਹੰਮਦ। ਹੁਣ ਇਹਨਾਂ ਨੂੰ ਕੋਈ ਪੁੱਛੇ ਕਿ ਵੀ RSS ਤੋਂ ਵੱਡੀ ਹੋਰ ਕਿਹੜੀ ਦਹਿਸ਼ਤਗਰਦ ਤਨਜ਼ੀਮ ਹੈ? ਔਰ ਇਸ ਸਾਰੇ 'ਚ ਇਕੱਲਾ ਇਹੀ ਨਹੀਂ, ਜਿਸ ਅੰਦਾਜ਼ ਦੇ ਵਿੱਚ ਸਾਰਾ ਐਡਮਸ ਨੇ ਜਿਹੜੀ CIA ਦੀ ਮੇਨ ਇੱਕ ਰਹੀ ਖੁਦ ਡਿਸੀਜਨ ਮੇਕਰ, ਔਰ ਖਾਸ ਤੌਰ 'ਤੇ ਉਸਨੇ ਜਿਹੜਾ ਵੱਡੇ ਜਿਹੜੀ ਇਨਵੈਸਟੀਗੇਸ਼ਨਸ ਹੋਈਆਂ ਨੇ CIA ਦੀਆਂ, ਉਹਦੇ 'ਚ ਰੋਲ ਅਦਾ ਕੀਤਾ,
ਹੁਣ ਇੰਡੀਆ ਨੇ ਉੱਥੇ ਇਹ ਲਸ਼ਕਰੇ ਤੋਇਬਾ ਜਾਂ ਜੈਸ਼ੇ ਮੁਹੰਮਦ, ਕਿਉਂਕਿ ਚਾਈਨਾ ਬਲੌਕ ਕਰ ਦਿੰਦਾ ਇਹਨਾਂ ਦੇ ਉੱਤੇ ਪਾਬੰਦੀ ਦੀ ਗੱਲ ਯੂਐਨ 'ਚ, ਉਹਨੂੰ ਪ੍ਰਿਕ ਕਰਨ ਦੇ ਲਈ ਇਸ਼ੂ ਕਿਹਾ। ਪਰ ਜੇ ਸਾਰਾ ਐਡਮਸ ਦਾ ਮੰਨਣਾ ਹੋਏ, ਇਹੀ ਹੈ ਸਾਰਾ ਐਡਮਸ ਜਿਹਨੇ ਕਿਹਾ ਕਿ ਇੰਡੀਅਨ ਏਜੰਸੀਆਂ ਨੇ $20 million ਉਸ ਮੌਲਵੀ ਨੂੰ ਦਿੱਤੇ, ਆਈਸਿਸ ਦੇ ਹੈੱਡ ਨੂੰ ਜਿਹੜਾ ਐਕਸ ਤਾਲਿਬਾਨ ਦਾ ਹਿੱਸਾ ਹੈ, ਕਿ ਉਹਨਾਂ ਨੇ ਖਾਲਿਸਤਾਨੀ ਔਰ ਕਸ਼ਮੀਰੀ ਜਿਹੜੇ ਮਿਲੀਟੈਂਟ ਨੇ ਉਹਨਾਂ ਨੂੰ ਮਰਵਾਉਣਾ। ਉਹਨੇ ਜਦੋਂ ਇਹ ਕਿਹਾ ਸੀ ਕਿ ਵੀ ਕਿਵੇਂ ਇੰਡੀਆ ਹੁਣ ਤਾਲਿਬਾਨ ਜਾਂ ਆਈਸਿਸ ਤੋਂ ਵੱਡੀ ਤਾਂ ਦਹਿਸ਼ਤਗਰਦ ਕੋਈ ਜਮਾਤ ਨਹੀਂ, ਲਸ਼ਕਰੇ ਤੋਇਬਾ ਜਾਂ ਜੈਸ਼ੇ ਮੁਹੰਮਦ ਦਾ ਕੀ ਰੁਤਬਾ ਹੈ, ਪਰ ਉਸ ਆਈਸਿਸ ਦੇ ਨਾਲ ਇੰਡੀਆ ਕੋਲੈਬੋਰੇਟ ਕਰ ਰਿਹਾ, ਉਹਨਾਂ ਨੂੰ ਪੈਸੇ ਦੇ ਰਿਹਾ। ਔਰ ਜਦੋਂ ਇਹਨੇ ਸਾਰਾ ਐਡਮਸ ਨੇ ਜਿਹੜਾ ਇੰਟਰਵਿਊ ਉਹਨੇ ਸ਼ਾਹ ਰਿਆਨ ਸ਼ੋਅ 'ਚ ਦਿੱਤਾ, ਇਸ ਦੇ ਉੱਤੇ ਚੀਖ ਝਿਹਾੜਾ ਪਾਇਆ, ਤਾਂ ਉਹਨੇ ਬੀਬੀ ਨੇ ਸਾਰਾ ਐਡਮਸ ਨੇ ਲਿਖਿਆ ਸੀ, ਆਈ ਫਾਈਂਡ ਇਟ ਆਇਰੋਨਿਕ ਦੈਟ ਇੰਡੀਅਨ ਨੈਸ਼ਨਲਸ ਹੂ ਆਰ ਆਲ ਅਪ ਇਨ ਆਰਮਸ ਦੈਟ ਆਈ ਟਾਕਡ ਅਬਾਊਟ ਦੇਅਰ ਗਵਰਮੈਂਟ ਫਾਰ 5 minutes ਔਨ ਸ਼ਾਹ ਰਿਆਨ ਸ਼ੋਅ, ਬਟ ਡੋਂਟ ਕੇਅਰ ਦੈਟ ਦੇਅਰ ਗਵਰਮੈਂਟ ਇਜ਼ ਆਲਸੋ ਫੰਡਿੰਗ ਦਾ ਤਾਲਿਬਾਨ। ਹੁਣ ਇਹ ਇਸ਼ੂ ਕਿਉਂ ਨਹੀਂ ਅਮਰੀਕਾ ਨੂੰ ਪਤਾ ਹੈ? ਹੁਣ ਸਾਰਾ ਐਡਮਸ ਕੋਈ ਚਾਈਨੀਜ਼ ਇੰਟੈਲੀਜੈਂਸ ਏਜੰਸੀ ਲਈ ਤਾਂ ਨਹੀਂ ਕੰਮ ਕਰਦੀ, ਅਤੇ ਅਮਰੀਕਾ ਨੂੰ ਕਿਹੜੀ ਰਿਪੋਰਟ ਨਹੀਂ ਹੈ ਕਿ ਵੀ ਇੰਡੀਆ ਉਹਨਾਂ ਤਾਲਿਬਾਨ ਨਾਲ ਜਿਹੜੇ ਆਈਸਿਸ ਨਾਲ ਰਲੇ ਹੋਏ ਨੇ ਉਹਨਾਂ ਨੂੰ ਪੈਸੇ ਦੇ ਰਿਹਾ, ਜਿਹੜੇ ਸਭ ਤੋਂ ਵੱਡੇ ਦਹਿਸ਼ਤਗਰਦ ਆ ਆਈਸਿਸ ਜਮਾਤ ਖੁਰਾਸਾਨੀ ਖਾਸ ਤੌਰ 'ਤੇ, ਜਿਹਨੇ ਕਸ਼ਮੀਰੀ ਔਰ ਖਾਲਿਸਤਾਨੀ ਐਕਟੀਵਿਸਟ ਨੂੰ ਟਾਰਗੇਟ ਕੀਤਾ। ਹੁਣ ਜਿਉਂ ਹੀ ਸਾਰਾ ਐਡਮਸ ਨੇ ਇਹ ਕਿਹਾ, ਉਹਨਾਂ ਨੇ ਜਿਹੜੇ ਇਹਨਾਂ ਦੀ ਟ੍ਰੋਲ ਆਰਮੀ ਆ ਉਹਦੇ ਪਿੱਛੇ ਪੈ ਗਏ, ਫਿਰ ਉਹਨੇ ਟਵੀਟ ਕੀਤਾ ਸੀਗਾ ਬੀਬੀ ਨੇ, ਸੈਟਿੰਗ ਐਮੋਸ਼ਨਸ ਅਸਾਈਡ ਐਂਡ ਜਸਟ ਯੂਜ਼ਿੰਗ ਲੌਜਿਕ, ਯੂਅਰ ਗੌਰਮੈਂਟ ਵਾਜ਼ ਨਾਟ ਏਬਲ ਟੂ ਟਰੈਕ ਡਾਊਨ ਸਮ ਆਫ ਦੋਜ਼ ਕਸ਼ਮੀਰ ਫੋਕਸ ਟੈਰਿਸ ਫਾਰ ਈਅਰਸ, ਸਮ ਸਿੰਸ ਦਾ ਮਿਡ 1990s, ਸੋ ਇਫ ਯੂ ਵਾਂਟ ਬਿਲੀਵ ਦੇ ਮੈਜੀਕਲੀ ਕ੍ਰੀਏਟਿਡ ਐਕਸੈਸ ਐਂਡ ਬਿਕੇਮ ਰੇਟ ਏ ਅਸੈਸਿਸ ਇਨ ਦਾ ਲਾਸਟ 2 years ਆਲ ਔਨ ਦੇਅਰ ਓਨ, ਫੀਲ ਫਰੀ। ਹੁਣ ਇਹ ਉਹਨੂੰ ਕਨਫਰਮ ਕਰ ਰਹੀ ਹੈ ਕਿ ਇਹ ਜਿਹੜੇ ਕਸ਼ਮੀਰੀ ਔਰ ਸਿੱਖ ਮਾਰੇ ਨੇ ਇਹ ਤਾਲਿਬਾਨ ਰਾਹੀਂ ਮਰਵਾਏ ਗਏ। ਉਹਨੇ ਕਿਹਾ ਵੀ ਤੁਹਾਡੀ ਗੌਰਮੈਂਟ ਤਾਂ 1990s ਤੋਂ ਉਹਨਾਂ ਨੂੰ ਟਰੈਕ ਡਾਊਨ ਕਰ ਰਹੀ ਸੀ, ਉਹਨਾਂ ਤੋਂ ਕਿਉਂ ਨਾ ਹੋਏ? ਅਤੇ ਹੁਣ ਜੇ ਤੁਹਾਨੂੰ ਲੱਗਦਾ ਜੀ ਤੁਹਾਡੀ ਗੌਰਮੈਂਟ ਨੇ ਹੀ ਕਰ ਲਏ, ਨਹੀਂ, ਇਹ ਤੁਸੀਂ ਤੁਹਾਡੀ ਹਕੂਮਤ ਤਾਲਿਬਾਨ ਜਿਹੜੇ ਦਹਿਸ਼ਤਗਰਦ ਨੇ ਆਈਸਿਸ ਦੇ ਉਹਨਾਂ ਦੇ ਨਾਲ ਕੋਲੈਬੋਰੇਟ ਕਰ ਰਹੀ ਹੈ। ਫਿਰ ਅਖੀਰ 'ਚ ਉਹਨੇ ਸੈਰਾ ਐਡਮਸ ਨੇ ਕਿਹਾ, ਔਰ ਯੂ ਕੈਨ ਜੁਆਇਨ ਦਾ ਰੈਸਟ ਆਫ ਅਸ ਹੂ ਆਰ ਐਂਟੀ ਤਾਲਿਬਾਨ ਐਂਡ ਆਸਕ ਯੂਅਰ ਗੌਰਮੈਂਟ ਟੂ ਸਟੋਪ ਐਨੇਬਲਿੰਗ ਦਾ ਤਾਲਿਬਾਨ ਚੀਅਰਸ। ਉਹਨੇ ਕਿਹਾ ਜੇ ਤੁਸੀਂ ਸੱਚਮੁੱਚ ਕੁਛ ਕਰਨਾ ਚਾਹੁੰਦੇ ਹੋ ਸਾਡੇ ਵਾਂਗ ਇਸ ਗੱਲ ਦੇ ਉੱਤੇ ਆਓ ਕਿ ਭਾਈ ਇਹ ਜਿਹੜੇ ਦਹਿਸ਼ਤਗਰਦ ਤਾਲਿਬਾਨ ਨੇ ਉਹ ਉਹਨਾਂ ਨੂੰ ਮਦਦ ਨਾ ਤੁਹਾਡੀ ਹਕੂਮਤ ਕਰੇ। ਲੇਕਿਨ ਹੁਣ ਉੱਥੇ ਜਿਹੜਾ ਭਿੱਜੀ ਬਿੱਲੀ ਇਹ ਵੀ ਸੀ, ਇੰਡੀਆ ਵਿਲ ਹੈਵ ਮੋਰ ਕੰਟੈਕਟਸ ਵਿਦ ਯੂਕਰੇਨ ਐਂਡ ਰਸ਼ੀਆ ਟੂ ਰਿਜ਼ੋਲਵ ਦੇਅਰ ਕਨਫਲਿਕਟਸ। ਹੁਣ ਉੱਥੇ ਕਿਉਂਕਿ ਧੌਣ ਤੋਂ ਫੜ ਲਿਆ ਉਹਨਾਂ ਨੇ ਵੀ ਤੁਸੀਂ ਤਾਂ ਯੂਕਰੇਨ ਦੇ ਮੁੱਦੇ 'ਤੇ ਰੂਸ ਦੀ ਮਦਦ ਕਰ ਰਹੇ ਹੋ, ਹੁਣ ਇਹ ਪਲੈਨ ਵੀ ਕਰ ਰਹੇ ਨੇ ਕਿ ਮੋਦੀ ਸ਼ਾਇਦ ਅਗਲੇ ਮਹੀਨੇ ਯੂਕਰੇਨ ਜਾਏ, ਉਹਨੂੰ ਮਿਲੇ ਅਮਰੀਕਨ ਪ੍ਰੈਸ਼ਰ। ਪਰ ਉੱਥੇ ਕਹਿ ਰਿਹਾ ਜੀ ਹਾਂ ਸਾਨੂੰ ਜ਼ਿਆਦਾ ਦਬਾਅ ਬਣਾਉਣਾ ਚਾਹੀਦਾ ਸੀ, ਅਸੀਂ ਬਣਾ ਨਹੀਂ ਸਕੇ, ਅੱਗੋਂ ਲਈ ਅਸੀਂ ਇਸ ਦੇ ਉੱਤੇ ਕਰਾਂਗੇ। ਔਰ ਨਾਲ ਦੀ ਨਾਲ ਹੁਣ ਇੰਨਾ ਡਿਫੈਂਸਿਵ ਹੋਇਆ, ਉਹ ਕਹਿ ਰਿਹਾ ਕਿ ਜੀ ਅਸੀਂ ਚੀਨ ਨਾਲ ਜਿਹੜਾ ਸਾਡਾ ਝਗੜਾ ਹੈ ਉਹਦੇ 'ਚ ਕੋਈ ਤੀਸਰੀ ਪਾਰਟੀ ਦੀ ਇੰਟਰਵੈਂਸ਼ਨ ਨਹੀਂ ਚਾਹੁੰਦੇ। ਹੁਣ ਇਹ ਵੀ ਉੱਥੇ ਗੱਲ ਆਈ ਹੋਏਗੀ, ਅਦਰਵਾਈਜ਼ ਤਾਂ ਕਿਸੇ ਨੇ ਕਿਹਾ ਹੀ ਨਹੀਂ ਕਿ ਤੀਸਰੀ ਪਾਰਟੀ। ਅਮਰੀਕਾ ਨੇ ਕਿਹਾ ਵੀ ਅਸੀਂ ਵਿਚੋਲਗੀ ਕਰਦੇ ਹਾਂ, ਜਾਂ ਇਹ ਹੈ ਵੀ ਇਹ ਅਮਰੀਕਾ ਨੂੰ ਲੱਗਦਾ ਕਿ ਵੀ ਇੰਡੀਆ ਜਿਹੜਾ ਵੜ ਗਿਆ ਪੁਤਿਨ ਦੀ ਕੱਚ 'ਚ, ਰਸ਼ੀਆ ਤਾਂ ਚਾਈਨਾ ਦਾ ਯੰਗਰ ਬ੍ਰਦਰ ਬਣਿਆ ਹੋਇਆ,
ਵੀ ਇਹ ਨਾ ਹੋਏ ਕਿ ਇੰਡੀਆ ਦਾ ਚਾਈਨਾ ਦੇ ਨਾਲ ਕੰਪਰੋਮਾਈਜ਼ ਕਰਾ ਦੇ ਰਸ਼ੀਆ, ਅਤੇ ਜਿਹੜਾ ਹੁਣ ਉਹਨੂੰ ਵਰਤ ਰਹੇ ਨੇ ਐਜ਼ ਏ ਬੁਲਵਾਕ ਅਗੇਂਸਟ ਚਾਈਨਾ, ਉਹ ਰੁਕ ਜਾਏ. ਅਤੇ ਇਹਦੇ 'ਤੇ ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਰੂਲਸ ਆਊਟ ਐਨੀ ਰੋਲ ਫਾਰ ਥਰਡ ਪਾਰਟੀ ਇਨ ਇੰਡੀਆਜ਼ ਬਾਰਡਰ ਡਿਸਪਿਊਟ ਵਿਦ ਚਾਈਨਾ, ਕਿ ਅਸੀਂ ਕੋਈ ਤੀਸਰੀ ਪਾਰਟੀ ਦਾ ਰੋਲ ਨਹੀਂ ਮੰਨਦੇ. ਹੁਣ ਉੱਥੇ ਨਾ ਐਸ ਜੈਸ਼ੰਕਰ ਦੀ ਕੋਈ ਗਰਜਨ ਸੁਣੀ, ਨਾ ਹੀ ਇਹ ਆਇਆ ਕਿ ਜੀ ਵੀ ਹੈਵ ਸਟ੍ਰੈਟਜਿਕ ਅਟੋਨਮੀ, ਅਸੀਂ ਆਪਣੀ ਇੰਡੀਪੈਂਡੈਂਟ ਪਾਲਿਸੀ ਰੱਖਦੇ ਹਾਂ, ਨਾ ਹੀ ਉੱਥੇ ਉਹਨੇ ਕਿਸੇ ਹੋਰ ਨੂੰ ਘੂਰਿਆ. ਇਹਨੂੰ ਹੀ ਪੰਜਾਬੀ 'ਚ ਕਹਿੰਦੇ ਨੇ ਭਿੱਜੀ ਬਿੱਲੀ ਬਣਨਾ, ਜਾਂ ਇਹ ਹੁੰਦਾ ਕਿ ਭੀੜ ਵਾਂਗ ਫਿਰ ਜਿਹੜਾ ਹੈ ਉਹ ਮਗਰ ਤੁਰ ਪਿਆ ਜਿੱਧਰ ਕਿ ਬਾਕੀ ਤੁਰੇ ਜਾਂਦੇ ਨੇ. ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ. ਸਵਾਥ ਲੈਣ ਬ੍ਰੇਕ ਫਿਊਰਸ, ਤੁਸੀਂ ਇਸ ਤਰ੍ਹਾਂ ਜੁੜੇ ਰਹਿਣਾ. ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ.